ਜਿਹੜਾ ਵੀਰ ਇੱਥੇ 13 ਵਜੇ ਆ ਕੇ ਤੰਦਰ ਬਾਬਾਦੀਪ ਸਿੰਘ ਜੀ ਕਹਿ ਦੇਗਾ ਉਹਨੂੰ ਆਪਣੇ ਲਈ ਇੱਕ ਚਾਂਸ ਫ੍ਰੀ ਹੈ। ਮੈਨੂੰ ਦੱਸੋ ਵੀ ਕਿੰਨੇ ਸਾਲ ਹੋ ਗਏ ਤੁਹਾਨੂੰ ਜਿਹੜਾ ਤੰਦਰ ਬਾਬਾ ਦੀਪ ਸਿੰਘ ਦੇ ਜਿਹੜਾ ਤੁਸੀਂ ਦਿਖਾਇਆ ਵੀ ਜਿਹੜਾ ਵੀ ਇੱਥੇ ਬੋਲੂਗਾ 13 ਵਾਰੀ ਆ ਕੇ ਉਸ ਨੂੰ ਜਿਹੜੇ ਕਿ ਜੋ ਵੀ ਵਰਾਇਟੀ ਚਾਹੇ ਚਾਂਪ ਦੀ ਹੈ ਚਾਹੇ ਮਲਾਈ ਹੈ ਜਾਂ ਕੁਛ ਵੀ ਹੈ ਜਿਹੜਾ ਦਿੱਤਾ ਜਾਊਗਾ? ਹਾਲੇ ਤਾਂ ਚਲੋ ਥੋੜ੍ਹਾ ਚਿਰ ਹੋਇਆ ਪਰ ਜਿੰਨਾ ਚਿਰ ਸਾਹ ਚੱਲਣ ਦੇ ਉਨਾ ਚਿਰ ਤੱਕ ਚੱਲੇਗਾ। ਚਲੋ ਹਾਲਾਤ ਜੋ ਵੀ ਸੀ ਮਾੜੇ ਹੀ ਸੀ ਪਰ ਜਦੋਂ ਦਾ ਬਾਬਾ ਜੀ ਦਾ ਕੰਮ ਸ਼ੁਰੂ ਕੀਤਾ ਨਾਂ ਲੈਣ ਤੋਂ ਪਹਿਲਾਂ ਅਤੇ ਬਾਬੇ ਨੇ ਬਰਕਤ ਹੀ ਪਾਈ ਹੈ ਕੋਈ ਘਾਟਾ ਵਾ। ਬਾਬਾ ਦੀਪ ਸਿੰਘ ਦੇ ਸ਼ਹੀਦਾਂ ਸਾਹਿਬ ਟਾਈਮ ਕੱਢ ਕੇ ਜਾਂਦੇ ਜੀ ਉਸ ਗੁਰਦੁਆਰਾ ਸਾਹਿਬ? ਬਿਲਕੁਲ ਸਰ, ਦਿਹਾੜੀ 'ਚ ਇੱਕ ਵਾਰੀ ਹੋ ਕੇ ਜ਼ਰੂਰ ਆਈਦਾ ਜਿੱਥੇ। ਹਾਂ ਡੇਲੀ ਡੇਲੀ ਸਰ, ਭਾਵੇਂ ਰਾਤੀ 11 ਵਜਣ 12 ਵਜਣ ਜਿੰਨੇ ਰੋਜ਼ੀ ਉੱਥੇ ਜਾਣਾ ਹੀ ਜਾਣਾ। ਦੇਖੋ ਵਧੀਆ ਗੱਲ ਇਹਨਾਂ ਵਾਸਤੇ ਵੀ ਸਿੱਖ ਧਰਮ ਨੂੰ ਪ੍ਰਮੋਟ ਕਰਨ ਡੇ ਆ ਅਤੇ ਕਰਨਾ ਵੀ ਚਾਹੀਦਾ ਵਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਅਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਤੰਤਰ ਬਾਬਾ ਦੀਪ ਸਿੰਘ ਨੂੰ ਜਿੱਥੇ ਕਿ ਕਰੋੜਾਂ ਲੋਕ ਜਿਹੜੇ ਕਿ ਨਤਮਸਤਕ ਹੁੰਦੇ ਨੇ ਅਤੇ ਬਾਬਾ ਦੀਪ ਸਿੰਘ ਦਾ ਜਿਹੜਾ ਕਿ ਨਾਂ ਜਿਹੜਾ ਉਹ ਜਪਦੇ ਨੇ, ਉੱਥੇ ਹੀ ਤੁਹਾਨੂੰ ਅੱਜ ਖਬਰ ਦਿਖਾਵਾਂਗੇ ਅੰਮ੍ਰਿਤਸਰ ਦੀ ਅਜਿਹੀ ਇੱਕ ਸ਼ਰਧਾ ਦੀ ਜਿੱਥੇ ਇੱਕ ਨੌਜਵਾਨ ਹਿੰਦੂ ਪਰਿਵਾਰ ਨਾਲ ਜਿਹੜਾ ਕਿ ਸੰਬੰਧ ਰੱਖਦਾ ਅਤੇ ਉਸਨੇ ਆਪਣੀ ਜਿਹੜੀ ਦੁਕਾਨਦਾਰੀ ਆ ਉਹ ਤੰਤਰ ਬਾਬਾ ਦੀਪ ਸਿੰਘ ਦੇ ਨੇੜੇ ਨਾ ਹੀ ਜਿਹੜੇ ਕਿ ਲੇਖੇ ਲਾ ਦਿੱਤੀ ਆ। ਸਭ ਤੋਂ ਪਹਿਲਾਂ ਤਸਵੀਰਾਂ ਵਿਖਾਵਾਂਗੇ, ਇਹਦੇ ਤੁਸੀਂ ਮੇਰੇ ਮਗਰ ਤਸਵੀਰਾਂ ਵੀ ਦੇਖਦੇ ਹੋ, ਇਹ ਮੋਟੂ ਚਾਂਪ ਵੈਜ ਚਾਂਪ ਜਿਹੜੀ ਤੁਸੀਂ ਜਿਹੜਾ ਨੌਜਵਾਨ ਹੈ ਇਹ ਬਣਾਉਂਦਾ ਅਤੇ ਇਹਨਾਂ ਦੀ ਇੱਕ ਸ਼ਰਧਾ ਅਜਿਹੀ ਇੱਕ ਆਸਥਾ ਜਿਹੜੀ ਕਿ ਤੰਤਰ ਬਾਬਾ ਦੀਪ ਸਿੰਘ ਨਾਲ ਜੁੜੀ ਹੋਈ ਆ। ਇਸ ਨੌਜਵਾਨ ਨੇ ਜਿਹੜਾ ਕਿ ਆਪਣੀ ਦੁਕਾਨਦਾਰੀ ਆਪਣਾ ਕੰਮ ਕਾਰ ਜਿਹੜਾ ਵਾ ਸ਼ੁਰੂਆਤ ਹੀ ਤੰਤਰ ਬਾਬਾ ਦੀਪ ਸਿੰਘ ਦੇ ਨਾਲ ਜਿਹੜੀ ਕਿ ਦੇਖੇ ਲਾ ਦਿੱਤੀ ਆ। ਮੈਂ ਵਾਰ ਵਾਰ ਤਾਂ ਕਹਿ ਰਿਹਾ ਹਾਂ ਕਿਉਂਕਿ ਇਸ ਨੌਜਵਾਨ ਨੇ ਲਿਖਿਆ ਵੀ ਇਸਦਾ ਜਿਹੜਾ ਵੀ ਇਸ ਦੁਕਾਨ 'ਤੇ ਆਵੇਗਾ ਇਸਦੀ ਇਹਨਾਂ ਦੀ ਰੇਹੜੀ ਉੱਤੇ ਅਤੇ 13 ਵਾਰੀ ਤੰਤਰ ਬਾਬਾ ਦੀਪ ਸਿੰਘ ਜੀ ਬੋਲੇਗਾ ਅਤੇ ਉਸਨੂੰ ਜਿਹੜੀ ਕਿ ਇੱਕ ਚਾਂਪ ਜਿਹੜੀ ਕਿ ਵੈਜ ਚਾਂਪ ਜਿਹੜੀ ਕਿ ਦਿੱਤੀ ਜਾਵੇਗੀ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਨੌਜਵਾਨ ਦਾ ਵੱਖਰਾ ਹੀ ਪਰਾਲਾ ਜਿਹੜਾ ਕਿ ਤੰਤਰ ਬਾਬਾ ਦੀਪ ਸਿੰਘ ਦੀ ਜਿਹੜੀ ਕਿ ਆਸਥਾ ਨਾਲ ਜਿਹੜਾ ਜੁੜਿਆ ਹੋਇਆ ਵਾ। ਤਸਵੀਰਾਂ ਵਿੱਚ ਵੇਖ ਸਕਦੇ ਹੋ ਵੱਖ ਵੱਖ ਤਰ੍ਹਾਂ ਦੀ ਅੰਮ੍ਰਿਤਸਰ ਦੀ ਜਿਹੜੀ ਇੱਕ ਰਣਜੀਤ ਹੈ ਉਹਨੂੰ ਮਾਰਕੀਟ ਵਿੱਚ ਇਸ ਨੌਜਵਾਨ ਵੱਲੋਂ ਜਿਹੜਾ ਕਿ ਇੱਕ ਪਰਾਲਾ ਜਿਹੜਾ ਕੀਤਾ ਗਿਆ ਰਿਹਾ। ਗੱਲਬਾਤ ਕਰਾਂਗੇ ਵੀਰ ਦੇ ਨਾਲ ਵੀ। ਹਾਂਜੀ ਵੀਰ ਜੀ, ਕੀ ਨਾਮ ਦੱਸੋ? ਬਜੀ ਲਵੀ ਸਰ। ਅਤੇ ਮੈਨੂੰ ਦੱਸੋ ਵੀ ਲਵੀ ਜੀ ਕਿਸ ਤਰ੍ਹਾਂ ਤੁਹਾਡੇ ਜਹਿਨ 'ਚ ਆਇਆ ਵੀ ਇਸ ਤਰ੍ਹਾਂ ਜਿਹੜਾ ਕਿ ਤੰਤਰ ਬਾਬਾ ਦੀਪ ਸਿੰਘ ਦਾ ਜਿਹੜਾ ਤੁਸੀਂ ਲਿਖਾਇਆ ਵਾ ਦਰਸ਼ਕਾਂ ਨੂੰ ਸਾਂਝਾ ਕਰਦੇ ਹੋ, ਕੀ ਲਿਖਾਇਆ ਜੀ? ਇਹ ਮਨ 'ਚ ਆ ਗਿਆ ਬਸ ਬਾਬਾ ਜੀ ਦੇ ਕਰਕੇ ਇੰਨੇ ਵੀਰ ਭਰਾ ਆਪਣੇ ਲੰਗਰ ਲਗਾਉਂਦੇ ਬਹੁਤ ਕਰਨ ਡੇ ਲੋਕ, ਇਹ ਸਾਡੇ ਸੱਚੀ ਕੋਈ ਛੋਟੀ ਕੁਛ ਵੀ ਨਹੀਂ ਸਾਡੇ ਸੇ, ਇੰਨੇ ਵੀਰ ਭਰਾ ਲੰਗਰ ਲਗਾਉਂਦੇ ਆ। ਜਿਹੜਾ ਵੀਰ ਇੱਥੇ 13 ਵਜੇ ਆ ਕੇ ਤੰਦਰ ਬਾਬਾ ਦੀਪ ਸਿੰਘ ਜੀ ਕਹਿ ਦੇਗਾ ਉਹਨੂੰ ਆਪਣੇ ਲਈ ਇੱਕ ਚਾਂਪ ਫ੍ਰੀ ਹੈ। ਮੈਨੂੰ ਰੋਜ਼ ਦੇ ਕਿੰਨੇ ਕੁ ਲੋਕ ਇੱਥੇ ਆ ਜਾਂਦੇ ਨੇ ਜਿਹੜੇ ਕਿ ਤੰਦਰ ਬਾਬਾ ਦੀਪ ਸਿੰਘ ਆ ਕੇ ਬੋਲਦੇ? ਜ਼ਿਆਦਾ ਜਿਹੜੇ ਆਉਂਦੇ ਉਹ ਲੋੜਵੰਦ ਹੀ ਆਉਣਗੇ ਅਤੇ ਉਸ ਤਰ੍ਹਾਂ ਆਪਾਂ ਕੀਤਾ ਲੋੜਵੰਦ ਦੱਸਿਆ, ਅਸੀਂ ਕੀਤਾ ਸਾਰੇ ਦੱਸੇ ਆ, ਜਿਹੜਾ ਮਰਜ਼ੀ ਆਵੇ ਵੀਰ ਭਰਾ ਕੋਈ ਚੱਕਰ ਨਹੀਂ, ਭਾਵੇਂ ਲੱਖ ਆਉਣ ਭਾਵੇਂ ਇੱਕ ਆਵੇ ਜਿੰਨੇ ਮਰਜ਼ੀ ਆ ਜਾਣ ਸਾਰੇ। ਅਤੇ ਮੈਨੂੰ ਦੱਸੋ ਵੀ ਇਹਨਾਂ ਵਾਸਤੇ ਕੁਛ ਸਪੈਸ਼ਲ ਤਿਆਰ ਕੀਤਾ ਜਾਂਦਾ ਕਿ ਜਿਹੜਾ ਜੋ ਰੂਟੀਨ ਆ ਤੁਸੀਂ ਬਣਾਉਂਦੇ ਹੋ ਉਹ ਉਹਨਾਂ ਨੂੰ ਦਿੱਤਾ ਜਾਂਦਾ? ਇੰਨਾ ਜੋ ਸਾਡਾ ਚੱਲਦਾ ਪਿਆ ਉਹੀ ਜੋ ਬਣਾਉਂਦੇ ਹੋ। ਕੀ ਕੀ ਬਣਦਾ ਇੱਥੇ? ਚਾਂਪ ਹੈ ਸਰ, ਪਨੀਰ, ਮਸ਼ਰੂਮ ਹੈ, ਚਾਂਪ ਦੀ ਅਲੱਗ ਅਲੱਗ ਵਰਾਇਟੀ ਹੈ। ਅਤੇ ਮੈਨੂੰ ਦੱਸੋ ਵੀ ਕਿੰਨੇ ਸਾਲ ਹੋ ਗਏ ਤੁਹਾਨੂੰ ਜਿਹੜਾ ਤੰਤਰ ਬਾਬਾ ਦੀਪ ਸਿੰਘ ਦੇ ਜਿਹੜਾ ਤੁਸੀਂ ਦਿਖਾਇਆ ਵੀ ਜਿਹੜਾ ਵੀ ਇੱਥੇ ਬੋਲੂਗਾ 13 ਵਾਰੀ ਆ ਕੇ ਉਸ ਨੂੰ ਜਿਹੜੀ ਕਿ ਜੋ ਵੀ ਵਰਾਇਟੀ ਚਾਹੇ ਚਾਂਪ ਦੀ ਹੈ ਚਾਹੇ ਮਲਾਈ ਹੈ ਜਾਂ ਕੁਛ ਵੀ ਹੈ ਜਿਹੜਾ ਦਿੱਤਾ ਜਾਊਗਾ? ਹਾਲੇ ਤਾਂ ਚਲੋ ਥੋੜ੍ਹਾ ਚਿਰ ਹੋਇਆ ਪਰ ਜਿੰਨਾ ਚਿਰ ਸਾਹ ਚੱਲਣ ਦੇ ਉਨਾ ਚਿਰ ਤੱਕ ਚੱਲੇਗਾ। ਹਾਂਜੀ ਬਿਲਕੁਲ, ਤੁਸੀਂ ਦੇਖ ਸਕਦੇ ਵੀ ਨੌਜਵਾਨ ਦੀ ਇੱਕ ਆਸਥਾ ਵਾ ਹਿੰਦੂ ਪਰਿਵਾਰ ਨਾਲ ਜਿਹੜਾ ਕਿ ਨੌਜਵਾਨ ਇਹ ਸੰਬੰਧ ਰੱਖਦਾ ਅਤੇ ਤੰਤਰ ਬਾਬਾ ਦੀਪ ਸਿੰਘ ਇਸਨੇ ਕਿਹਾ ਵੀ ਜਿਹੜਾ ਵੀ 13 ਵਾਰੀ ਇਸੀ ਰੇਹੜੀ ਉੱਤੇ ਆ ਕੇ ਬੋਲੇਗਾ ਉਸਨੂੰ ਜੋ ਵੀ ਜਿਹੜੇ ਕਿ ਚਾਂਪ ਜਿਹੜੀ ਜਿਸ ਤਰ੍ਹਾਂ ਦੀ ਵਰਾਇਟੀ ਆ ਉਹ ਉਸ ਨਾਲ ਜਿਹੜੀ ਉਸਨੂੰ ਖਵਾਈ ਜਾਏਗੀ। ਅਤੇ ਮੈਨੂੰ ਦੱਸੋ ਵੀ ਰੇਟ ਦਾ ਕੀ ਦੱਸ ਦਿਓ, ਕੀ ਰੇਟ ਰੱਖਿਆ ਲੱਗ ਗਿਆ ਚਾਂਪ ਦਾ? ਰੇਟ ਭਾਅ ਜੀ ਸਾਡਾ 80 ਰੁਪਏ ਆ ਅਤੇ 40 ਰੁਪਏ ਇੱਕ ਸੀਖ ਹੈ। ਹਾਂਜੀ, ਅਤੇ ਫਿਰ 80 ਰੁਪਏ ਲੈ ਜਾਓ ਕੋਈ 40 ਰੁਪਏ ਲੈ ਜਾਊਗਾ? ਇੱਕ ਸੀਖ ਭਾਅ ਜੀ 40। ਹਾਂਜੀ ਬਿਲਕੁਲ, ਤੁਸੀਂ ਦੇਖ ਲਓ ਤਸਵੀਰਾਂ ਵਿੱਚ ਇਹ ਨੌਜਵਾਨ ਦਾ ਇੱਕ ਵੱਖਰਾ ਪਰਾਲਾ ਵਾ, ਇੱਕ ਆਸਥਾ ਜੁੜੀ ਹੋਈ ਹੈ ਇਸ ਨੌਜਵਾਨ ਦੀ ਤੰਤਰ ਬਾਬਾ ਦੀਪ ਸਿੰਘ ਦੇ ਨਾਂ ਦੇ ਉੱਤੇ। ਤੁਸੀਂ ਦੇਖ ਸਕਦੇ ਹੋ ਵੀ ਲੋਕ ਬੜੇ ਪਿਆਰ ਕਰਦੇ ਨੇ ਜਿੱਥੇ ਕਿ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ
ਸ਼ਹੀਦਾਂ ਸਾਹਿਬ ਆ ਕੇ ਲੋਕ ਚੁਪਹਿਰਾ ਸਾਹਿਬ ਕੱਢਦੇ ਨੇ, ਉੱਥੇ ਹੀ ਅਜਿਹੀ ਜਿਹੜਾ ਨੌਜਵਾਨ ਆ ਵੱਖ ਵੱਖ ਤਰੀਕੇ ਨਾਲ ਜਿਹੜਾ ਕਿ ਧੰਨ ਧੰਨ ਬਾਬਾ ਦੀਪ ਸਿੰਘ ਨੂੰ ਲੋਕ ਯਾਦ ਕਰਦੇ ਨੇ, ਇਸ ਨੌਜਵਾਨ ਦੀ ਵਿਕਾਸ ਤਾਂ ਜੁੜੀ ਹੋਈ ਆ। ਅਤੇ ਮੈਨੂੰ ਦੱਸੋ ਵੀ ਪਹਿਲੋਂ ਕੀ ਹਾਲਾਤ ਸੀ ਜਦੋਂ ਨਹੀਂ ਸੀ ਬਾਬਾ ਦੀਪ ਸਿੰਘ ਦਾ ਨਾਮ ਤੁਸੀਂ ਸ਼ੁਰੂ ਕੀਤਾ ਸੀ, ਉਦੋਂ ਕੀ ਹਾਲਾਤ ਸੀ ਤੁਹਾਡੇ? ਚਲੋ ਹਾਲਾਤ ਜੋ ਵੀ ਸੀ ਮਾੜੇ ਹੀ ਸੀ, ਪਰ ਜਦੋਂ ਦਾ ਬਾਬਾ ਜੀ ਦਾ ਕੰਮ ਸ਼ੁਰੂ ਕੀਤਾ ਨਾਂ ਲੈਣ ਤੋਂ ਪਹਿਲਾਂ, ਅਤੇ ਬਾਬਾ ਜੀ ਨੇ ਬਰਕਤ ਹੀ ਪਾਈ ਹੈ, ਕੋਈ ਘਾਟਾ ਵਾ ਇਹ ਪਹਿਲਾਂ ਇੱਕ ਘੱਟਾ ਲਾਇਆ ਚਾਂਪ ਦਾ, ਉਹਨਾਂ ਦੀ ਕਿਰਪਾ ਹੀ ਹੈ, ਦੂਜਾ ਵੀ ਲਾਤਾ ਫਾਸਟ ਫੂਡ ਦਾ ਉੱਧਰ ਲੱਗਾ ਨਾਲ ਦੇ ਬੰਨੇ, ਦੀ ਕਿਰਪਾ ਰਹੀ ਅਤੇ ਹੋਰ ਲਗਾਵਾਂਗੇ ਅੱਡੇ ਬਾਬਾ ਜੀ ਦੇ। ਅਤੇ ਮੈਨੂੰ ਦੱਸੋ ਵੀ ਹੋਰ ਦਿਨੋਂ ਦਿਨ ਕਿੰਨੀ ਕੁ ਤਰੱਕੀਆਂ ਕੀਤੀਆਂ ਆ ਰਹੀਆਂ, ਜਦੋਂ ਦਾ ਤੁਸੀਂ ਧੰਨ ਧੰਨ ਬਾਬਾ ਦੀਪ ਸਿੰਘ ਜਿਹੜੀ ਹੈ ਸ਼ੁਰੂਆਤ ਕੀਤੀ ਗਈ ਆ, ਉਦੋਂ ਦੀ ਕਿੰਨੀ ਕੁ ਕਿਰਪਾ? ਬਹੁਤ ਵਧੀਆ, ਬਹੁਤ ਚੜ੍ਹਦੀ ਕਲਾ ਬਾਬਾ ਜੀ ਦੀ, ਬਸ ਬਹੁਤ ਜ਼ਿਆਦਾ ਵਧੀਆ, ਬਹੁਤ ਵਧੀਆ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਵੀ ਆਸਥਾ ਜੁੜੀ ਹੋਈ ਹੈ ਨੌਜਵਾਨ ਦੀ, ਵੈੱਜ ਚਾਂਪ ਜਿਹੜੀ ਕਿਸ ਨੌਜਵਾਨ ਨੇ ਵੱਖਰਾ ਉਪਰਾਲਾ ਖੋਲ੍ਹ ਕੀਤਾ ਗਿਆ ਇਸ ਨੌਜਵਾਨ ਵੱਲੋਂ। ਅਸੀਂ ਅੰਮ੍ਰਿਤਸਰ ਦੀ ਜਿਹੜੀ ਕਿ ਇੱਕ ਮਾਰਕੀਟ ਆ, ਜਿਹੜੀ ਰਣਜੀਤ ਹੈ ਉਹਨੂੰ ਮਾਰਕੀਟ ਆ, ਇੱਥੇ ਬਹੁਤ ਸਾਰੀਆਂ ਰੇਹੜੀਆਂ ਲੱਗੀਆਂ ਹੋਈਆਂ ਵਾ, ਪਰ ਇਸ ਹਿੰਦੂ ਨੂੰ ਜਿਹੜਾ ਨੌਜਵਾਨ ਹੈ ਇਸ ਵੱਲੋਂ ਵੱਖਰਾ ਉਪਰਾਲਾ ਕੀਤਾ ਗਿਆ ਵਾ, ਇੱਕ ਨੌਜਵਾਨ ਵੱਲੋਂ ਜਿਹੜਾ ਕਿ ਧੰਨ ਧੰਨ ਬਾਬਾ ਦੀਪ ਸਿੰਘ 13 ਵਾਰੀ ਬੋਲੇਗਾ ਅਤੇ ਉਸਨੂੰ ਜਿਹੜੀ ਕਿ ਵੈੱਜ ਚਾਂਪ ਜਿਹੜੀ ਕਿ ਉਹ ਦਿੱਤੀ ਜਾਵੇਗੀ। ਅਤੇ ਮੈਨੂੰ ਦੱਸੋ ਵੀ ਪਰਿਵਾਰ ਦਾ ਫਿਰ ਕਿੰਨਾ ਕੁ ਵਧੀਆ ਉਪਰਾਲਾ ਜਦੋਂ ਤੁਸੀਂ ਸ਼ੁਰੂ ਕੀਤਾ ਸੀ, ਪਰਿਵਾਰ ਦਾ ਕੀ ਕਹਿਣਾ ਸੀ ਇਸ ਬਾਰੇ? ਕੁਛ ਨਹੀਂ, ਉਹ ਉਹਨਾਂ ਨੇ ਕਿਹਾ ਜੋ ਤੁਹਾਡਾ ਦਿਲ ਵਾਜ ਦਿੰਦਾ ਹੈ, ਜੋ ਵੀ ਤੁਹਾਡੀ ਮਨ ਹੈ ਤੁਸੀਂ ਕਰੋ, ਦਿਲੋਂ ਵਾਜ ਬਾਬਾ ਜੀ ਦੇ, ਕੋਈ ਗੱਲ ਨਹੀਂ ਕਹਿੰਦੇ ਕਰੋ ਤੁਸੀਂ, ਨਾ ਘਾਟਾ ਪਿਆ ਅਤੇ ਨਾ ਤੁਹਾਨੂੰ ਪੈਣ ਦੇਵਾਂਗੇ, ਜੋ ਬਾਬਾ ਦੀ ਕਿਰਪਾ ਚੱਲੀ ਜਾ ਰਿਹਾ। ਹਾਂਜੀ, ਅਤੇ ਮੈਨੂੰ ਦੱਸੋ ਵੀ ਬਾਬਾ ਦੀਪ ਸਿੰਘ ਦੇ ਸ਼ਹੀਦਾਂ ਸਾਹਿਬ ਟਾਈਮ ਕੱਢ ਕੇ ਜਾਂਦੇ ਜੀ ਉੱਥੇ ਗੁਰਦੁਆਰਾ ਸਾਹਿਬ? ਬਿਲਕੁਲ ਸਰ, ਦਿਹਾੜੀ 'ਚ ਇੱਕ ਵਾਰੀ ਹੋ ਕੇ ਜ਼ਰੂਰ ਆਈਦਾ, ਜਿੱਥੇ ਹਾਂ ਡੇਲੀ ਸਰ, ਭਾਵੇਂ ਰਾਤੀ 11 ਵਜਣ 12 ਵਜਣ ਜਿੰਨੇ ਰੋਜੀ ਉੱਥੇ ਜਾਣਾ ਹੀ ਜਾਣਾ। ਅਤੇ ਕਹਿੰਦੇ ਵੀ ਬਾਬਾ ਦੀਪ ਸਿੰਘ ਦੇ ਨਾਂ ਜਿਹੜਾ ਵੀ ਨਾਂ ਲੈਂਦਾ ਵਾ ਉਹ ਬੰਦਾ ਜਿਹੜਾ ਚਾਹੇ ਕੱਖਾ ਹੋਲਾ ਹੋਇਆ ਹੋਵੇ, ਕਹਿੰਦਾ ਵੀ ਉਹ ਬੰਦਾ ਕਰੋੜਾਪਤੀ ਬਣ ਜਾਂਦਾ, ਉਸ ਨੂੰ ਬਾਬਾ ਜੀ ਹਮੇਸ਼ਾ ਉਸਦੇ ਸੀਸ 'ਤੇ ਆਪਣਾ ਜਿਹੜਾ ਆਸ਼ੀਰਵਾਦ ਦੇ ਉਸ ਪਰਿਵਾਰ ਦੇ। ਸਹੀ ਗੱਲ ਹੈ ਜੀ, ਬਣ ਜਾਂਦੇ ਪਲੇਟ। ਅਤੇ ਮੈਨੂੰ ਦੱਸੋ ਵੀ ਸਵੇਰੇ ਫਿਰ ਕਿੰਨੇ ਵਜੇ ਆ ਜਾਂਦੇ ਹੋ, ਸ਼ਾਮੀ ਕਿੰਨੇ ਵਜੇ ਮਿਲਦੇ ਹੋ? ਸਵੇਰੇ 11 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ। ਹਾਂਜੀ, ਰਣਜੀਤ ਆਵਨੀ ਬੀ ਬਲੋਕ। ਅਤੇ ਮੈਨੂੰ ਦੱਸੋ ਵੀ ਮੈਂ ਜਿਵੇਂ ਗੱਲ ਕੀਤੀ ਵੀ ਨੌਜਵਾਨ ਨੇ ਜਿਹੜੇ ਕਿੰਨੇ ਕੁ ਰੋਜ਼ ਦੇ ਆ ਜਾਂਦੇ ਨੇ, ਲੋੜਵੰਦ ਹੁੰਦੇ ਜਾਂ ਕਿ ਹਰ ਕੋਈ ਜਿਹੜਾ ਇੱਥੇ ਨੌਜਵਾਨ ਇੱਥੇ ਆ ਜਾਂਦਾ ਵਾ? ਲੋੜਵੰਦ ਵੀ ਆਉਂਦੇ, ਉਸ ਤਰ੍ਹਾਂ ਬੱਚੇ ਵੀ ਆਉਂਦੇ ਆ, ਸਾਰੇ ਆ ਰਹੇ ਆ, ਪਰ ਕਿਸੇ ਨੂੰ ਕੋਈ ਚੀਜ਼ ਦਾ ਮਨਾ ਨਹੀਂ। 13 ਵਜੇ ਤਾਂ ਅੰਦਰ ਬਦੀਪ ਸਿੰਘ ਜੀ ਕਹਿ ਦੇ ਅਤੇ ਉਹਨੂੰ ਸਾਡੇ ਵੱਲੋਂ ਜਿਹੜੀ ਚੀਜ਼ ਕਹਿਣਗੇ ਆਪਾਂ ਉਹਨਾਂ ਨੂੰ ਖਵਾ ਦਾਂਗੇ ਸ਼ਾਮ 'ਚ। ਕੀ ਲੱਗਦਾ ਨਹੀਂ ਵੀ ਇੱਥੇ ਇੰਨੀ ਮਾਰਕੀਟ ਆ, ਹੋਰ ਹੀ ਲੋਕਾਂ ਨੇ ਬਹੁਤ ਇੱਥੇ ਚਾਂਪਾਂ ਜਿਹੜੀ ਲਾਈ ਹੋਈ, ਕੀ ਲੱਗਦਾ ਨਹੀਂ ਕਿਤੇ ਘਾਟਾ ਪੈ ਜੂਗਾ ਜੇ ਰੋਜ਼ ਦੇ 10 ਬੰਦੇ ਵੀ ਆ ਗਏ ਤੇ? ਨਹੀਂ ਨਹੀਂ ਭਾਈ, ਭਾਵੇਂ ਲੱਖ ਬੰਦਾ ਆਈਏ ਘਾਟਾ ਪੈਣ ਦੇਣਾ ਨਹੀਂ ਬਾਬਾ ਜੀ ਨੇ, ਉਹ ਬੈਠੇ ਘਾਟਾ ਪੂਰਾ ਕਰਨ ਵਾਲੇ, ਸਾਡਾ ਸਾਨੂੰ ਕਿੱਥੋਂ ਘਾਟਾ ਪੈ ਸਕਦਾ ਹੈ? ਅਤੇ ਬਿਲਕੁਲ ਜੀ, ਤੁਸੀਂ ਦੇਖ ਸਕਦੇ ਹੋ ਵੀ ਨੌਜਵਾਨ ਦਾ ਇੱਕ ਵੱਖਰਾ ਉਪਰਾਲਾ ਵਾ, ਅਤੇ ਧੰਨ ਧੰਨ ਬਾਬਾ ਦੀਪ ਸਿੰਘ ਨੂੰ ਇੰਨਾ ਕੁ ਨੌਜਵਾਨ ਜਿਹੜਾ ਕਿ ਪਿਆਰ ਕਰਦੇ ਨੇ ਅਤੇ ਇਹਨਾਂ ਦੀ ਆਸਥਾ ਜੁੜੀ ਹੋਈ ਹੈ ਧੰਨ ਧੰਨ ਬਾਬਾ ਦੀਪ ਸਿੰਘ ਦੇ ਨਾਲ, ਜਿੱਥੇ ਕਿ ਮੈਂ ਜਿਵੇਂ ਗੱਲ ਕੀਤੀ ਵੀ ਸ਼ਹੀਦਾਂ ਸਾਹਿਬ ਜਾ ਕੇ ਲੋਕ ਚੁਪਹਿਰਾ ਸਾਹਿਬ ਕਰਦੇ ਨੇ, ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਸੰਗਤਾਂ ਇੰਨੀਆਂ ਪਿਆਰ ਕਰਦੀਆਂ ਨੇ ਅਤੇ ਕਰੋੜਾਂ ਲੋਕ ਜਿਹੜੇ ਨੇ ਨਤਮਸਤਕ ਹੁੰਦੇ ਨੇ, ਅਤੇ ਉੱਥੇ ਇੱਕ ਨੌਜਵਾਨ ਜਿਹੜਾ ਕਿ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦਾ ਵੱਖਰਾ ਉਪਰਾਲਾ ਕੀਤਾ ਗਿਆ ਵਾ, ਧੰਨ ਧੰਨ ਬਾਬਾ ਦੀਪ ਸਿੰਘ ਦਾ ਇੰਨਾ ਕੁ ਪਿਆਰ ਕਰਦੇ ਨੇ, ਜਿਵੇਂ ਗੱਲ ਕੀਤੀ ਵੀ ਲੋਕ ਆਪਣੀ ਦੁਕਾਨਦਾਰੀ ਸ਼ੁਰੂਆਤ ਕਰਦੇ ਨੇ ਜਦੋਂ ਸਵੇਰ ਤੋਂ ਲੈ ਕੇ ਅਤੇ ਸ਼ਾਮ ਤੱਕ ਜਦੋਂ ਦਿਨ ਦੀ ਸ਼ੁਰੂਆਤ ਹੁੰਦੀ ਆ, ਅਤੇ ਧੰਨ ਧੰਨ ਬਾਬਾ ਦੀਪ ਸਿੰਘ ਦਾ ਨਾਂ ਲੈ ਕੇ ਲੋਕ ਧੂਪਬੱਤੀ ਕਰਦੇ ਨੇ ਅਤੇ ਆਪਣੀ ਦੁਕਾਨਦਾਰੀ ਚਾਲੂ ਕਰਦੇ ਨੇ, ਉੱਥੇ ਜਿਹੜਾ ਕਿ ਮੋਟੋ ਚਾਂਪ ਵੈੱਜ ਚਾਂਪ ਵਾਲਾ ਜਿਹੜਾ ਕਿ ਇੱਕ ਵੱਖਰਾ ਪਲਾ ਕੀਤਾ ਗਿਆ ਇਸ ਨੌਜਵਾਨ ਵੱਲੋਂ, ਜਿਵੇਂ ਵੀਰ ਦਾ ਕਹਿਣਾ ਵੀ ਜਿਹੜਾ ਵੀ ਇੱਥੇ ਆਵੇਗਾ ਧੰਨ ਧੰਨ ਬਾਬਾ ਦੀਪ ਸਿੰਘ 13 ਵਾਰੀ ਸੁਣਾਏਗਾ ਅਤੇ ਉਸਨੂੰ ਜਿਹੜਾ ਕਿ ਵੈੱਜ ਚਾਂਪ ਦਾ ਜਿਹੜਾ ਉਸਨੂੰ ਖਵਾਈ ਜਾਏਗੀ। ਨੌਜਵਾਨ ਦਾ ਬੜਾ ਵਧੀਆ ਉਪਰਾਲਾ ਵਾ, ਬਹੁਤ ਪਿਆਰ ਕਰਦੇ ਨੇ ਲੋਕ ਅਤੇ ਆਸਥਾ ਜੁੜੀ ਹੋਈ ਆ ਧੰਨ ਧੰਨ ਬਾਬਾ ਦੀਪ ਸਿੰਘ ਨਾਲ। ਹੋਰ ਵੀ ਲੋਕਾਂ ਨਾਲ ਇੱਥੇ ਗੱਲਬਾਤ ਵੀ ਕਰਾਂਗੇ, ਜਿਹੜੇ ਲੋਕ ਇੱਥੇ ਆਉਂਦੇ ਨੇ ਗੱਲ ਉਹਨਾਂ ਨੂੰ ਪੁੱਛਦੇ ਹਾਂ ਕਿਸ ਤਰ੍ਹਾਂ ਉਪਰਾਲਾ ਦੇਖਦੇ ਨੇ। ਹਾਂਜੀ ਵੀਰ ਜੀ, ਕੀ ਨਾਮ ਜੀ? ਮੇਰਾ ਨਾਮ ਆਕਾਸ਼ਦੀਪ ਸਿੰਘ ਜੀ। ਆਕਾਸ਼ਦੀਪ ਜੀ, ਵੀਰ ਨੇ ਇੱਕ ਉਪਰਾਲਾ ਬੜਾ ਸੋਹਣਾ ਖੋਲ੍ਹਿਆ ਧੰਨ ਧੰਨ ਬਾਬਾ ਦੀਪ ਸਿੰਘ, ਕਹਿੰਦਾ ਜਿਹੜਾ 13 ਵਜੇ ਸੁਣਾਏਗਾ ਉਸਨੂੰ ਚਾਂਪ ਫਰੀ ਦਿੱਤੀ ਜਾਊਗੀ। ਹਾਂਜੀ ਹਾਂਜੀ, ਸਾਨੂੰ ਬਹੁਤ ਚਿਰ ਦਾ ਪਤਾ ਇਹਦੇ ਬਾਰੇ, ਕਭੀ ਆਉਂਦੇ ਜਾਈਦਾ ਭਾਈ ਕੋ, ਅਤੇ ਬਹੁਤ ਵਧੀਆ ਕੰਮ ਸ਼ੁਰੂ ਕੀਤਾ ਬਾਬਾ ਜੀ ਦੇ ਨਾਂ 'ਤੇ, ਅਸੀਂ ਵੀ ਬਾਬਾ ਜੀ ਨੂੰ ਮੰਨਦੇ ਹਾਂ, ਅਸੀਂ ਵੀ ਸਿੱਖ ਪਰਿਵਾਰ 'ਚੋਂ ਹਾਂ,
ਤੇ ਵੀਰ ਜੀ ਬਹੁਤ ਵਧੀਆ ਕੰਮ ਕਰਨ ਡੇ ਆ, ਤਰੱਕੀਆਂ ਬਖਸ਼ਣ ਬਾਬਾ ਜੀ ਇਹਨਾਂ ਨੂੰ। ਔਰ ਕਿਸ ਤਰ੍ਹਾਂ ਦੀ ਅਸੀਂ ਦੇਖਿਆ ਵੀ ਰੇਹੜੀ ਮਾਰਕੀਟ ਹੈ ਇੱਥੇ, ਮੈਨੂੰ ਲੱਗਦਾ ਵੀ 200 ਤੇ 200 ਰੇਹੜੀ ਹੋਣੀ ਆ, ਪਰ ਇਸ ਨੌਜਵਾਨ ਵਿੱਚ ਜਿਹੜਾ ਕਿ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦਾ, ਇਸ ਉਹਨੇ ਵੱਖਰਾ ਉਪਰਾਲਾ ਕੀਤਾ ਗਿਆ ਵਾ, ਹੋਰ ਵੀ ਇੱਥੇ ਬੜੀਆਂ ਰੇਹੜੀਆਂ ਵਾਲੇ ਨੇ, ਪਰ ਇਸ ਤਰ੍ਹਾਂ ਦਾ ਕਿਸੇ ਨੇ ਉਪਰਾਲਾ ਨਹੀਂ ਕੀਤਾ ਗਿਆ। ਨਹੀਂ ਭਾਅ ਜੀ ਦੇਖੋ, ਵਧੀਆ ਗੱਲ ਇਹਨਾਂ ਵਾਸਤੇ ਵੀ ਸਿੱਖ ਧਰਮ ਨੂੰ ਪ੍ਰਮੋਟ ਕਰਨ ਡੇ ਆ, ਅਤੇ ਕਰਨਾ ਵੀ ਚਾਹੀਦਾ ਵਾ ਵਰਲਡ ਲੈਵਲ ਦੇ ਉੱਤੇ। ਚਲੋ ਇਹ ਛੋਟੀ ਜੀ ਮਤਲਬ ਇੱਥੋਂ ਸਟਾਰਟਅਪ ਇਹਨਾਂ ਦਾ, ਇਹੋ ਇਹਨਾਂ ਵੱਲ ਇਹ ਵੀਰ ਵੱਲ ਵੇਖ ਕੇ ਹੋਰ ਵੀ ਲੋਕ ਮਤਲਬ ਜਾਗਰੂਕ ਹੋਣਗੇ ਅਤੇ ਵਧੀਆ ਕਰਨਗੇ ਆਪਣਾ ਮਤਲਬ ਸਿਸਟਮ। ਵੀਰ ਦਾ ਕਹਿਣਾ ਵੀ ਜਦੋਂ ਨਹੀਂ ਸੀ ਸ਼ੁਰੂ ਕੀਤੀ ਤਾਂ ਬਿਲਕੁਲ ਕੁੱਖ ਨਹੀਂ ਸੀ, ਜਦੋਂ ਦਾ ਧੰਨ ਧੰਨ ਬਾਬਾ ਦੀਪ ਸਿੰਘ ਦਾ ਸ਼ੁਰੂਆਤ ਕੀਤੀ ਗਈ, ਸ਼ੁਰੂ ਕੀਤੀ, ਅੱਜ ਕਹਿੰਦੇ ਲੱਖਾਂਪਤੀ ਬਣ ਗਏ ਨੇ, ਕਰੋੜਾਪਤੀ ਹੋ ਗਏ ਨੇ, ਅੱਜ ਦੋ ਦੋ ਮਾਰਕੀਟ 'ਚ ਰੇਹੜੀ ਲੱਗੀਆਂ ਹੋਈਆਂ ਨੇ। ਬਾਬਾ ਦੀਪ ਸਿੰਘ ਜੀ 'ਤੇ ਸ਼ਕਤੀ ਬਹੁਤ ਆ, ਅਤੇ ਜਿਹੜਾ ਉਹਨਾਂ ਦਾ ਨਾਂ ਲੈਂਦਾ ਆ ਸਾਰਿਆਂ ਦੇ ਬੇੜੇ ਪਾਰ ਹੁੰਦੇ ਹੀ ਹੁੰਦੇ ਆ, ਇਹ 'ਚ ਕੋਈ ਸ਼ੱਕ ਨਹੀਂ। ਹਾਂਜੀ, ਕਹਿੰਦੇ ਵੀ ਜਦੋਂ ਵੀ ਬਾਬਾ ਦੀਪ ਸਿੰਘ ਦਾ ਨਾਂ ਲੈਂਦਾ ਬਾਬਾ ਜੀ ਕਦੇ ਵੀ ਉਸ ਨੂੰ ਘਾਟਾ ਨਹੀਂ ਪੈ ਦਿੰਦੇ, ਕਹਿੰਦੇ ਹਮੇਸ਼ਾ ਵਾਧਾ ਹੀ ਵਾਧਾ ਪੈਂਦਾ, ਉਹ 'ਚ ਬਰਕਤਾਂ ਕਹਿੰਦੇ ਸ਼ੁਰੂ ਹੋ ਜਾਂਦੀਆਂ ਨੇ। ਹਾਂਜੀ ਬਾਬਾ ਜੀ ਦੇ ਨਾਲ ਤੁਹਾਨੂੰ ਪਤਾ ਹੀ ਆ, ਐਡੇ ਵੱਡੇ ਦਾਨੀ ਨੇ ਬਾਬਾ ਜੀ, ਅਤੇ ਸੀਸ ਜਿਨ੍ਹਾਂ ਨੇ ਆਪਣੇ ਹੱਥ 'ਚ ਜਾ ਕੇ ਜੰਗ ਲੜੀ ਹੋਵੇ, ਤਾਂ ਉਹ ਵਾਹਿਗੁਰੂ ਦੀ ਕਿਰਪਾ ਰਹਿੰਦੀ ਹਰ ਇੱਕ 'ਤੇ ਜਿਹੜਾ ਵੀ ਉਹਨਾਂ ਦਾ ਨਾਂ ਲੈਂਦਾ ਆ। ਹਾਂਜੀ, ਅਤੇ ਸਾਰਿਆਂ ਨੂੰ ਜਾਣਾ ਚਾਹੀਦਾ ਗੁਰਦੁਆਰਾ ਸਾਹਿਬ, ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਨੇ ਚਾਹੀਦੇ ਆ, ਅਤੇ ਸੋ ਮੇਰੀ ਸਾਰਿਆਂ ਨੂੰ ਇਹੋ ਬੇਨਤੀ ਆ ਕਿ ਵਾਹਿਗੁਰੂ ਜੀ ਦਾ ਨਾਂ ਲਓ, ਵਾਹਿਗੁਰੂ ਜੀ ਦੇ ਦਰਸ਼ਨ ਕਰੋ, ਅਤੇ ਤੁਸੀਂ ਤੁਹਾਡਾ ਬੇੜਾ ਪਾਰ ਜ਼ਰੂਰ ਹੋਵੇਗਾ। ਜਿਵੇਂ ਮੈਂ ਗੱਲ ਕੀਤੀ ਵੀ ਇੱਕ ਵੱਖਰੇ ਤਰ੍ਹਾਂ ਦਾ ਉਪਰਾਲਾ ਵਾ, ਵੱਖਰੇ ਤਰ੍ਹਾਂ ਦਾ ਇੱਕ ਧੰਨ ਧੰਨ ਬਾਬਾ ਦੀਪ ਸਿੰਘ ਕੋਈ ਯਾਦ ਕਰਨ ਦਾ ਉਪਰਾਲਾ, ਇੱਕ ਆਸਥਾ ਜੁੜੀ ਹੋਈ ਆ, ਜਿਵੇਂ ਮੈਂ ਗੱਲ ਕੀਤੀ ਆ ਵੀ ਜਿਵੇਂ ਲੋਕ ਚਪਹਿਰਾ ਸਾਹਿਬ ਕਰਦੇ ਨੇ, ਅਸੀਂ ਦੇਖਿਆ ਵੀ ਦੇਸਾਂ ਵਿਦੇਸ਼ਾਂ ਤੋਂ ਸੰਗਤ ਆਉਂਦੀ ਆ, ਲੱਖਾਂ ਦੇ ਸਰਦਾਰ ਥਾਪ ਨਾਲ ਦੁਨੀਆ ਆਉਂਦੀ ਆ, ਸੜਕਾਂ 'ਤੇ ਬਹਿ ਕੇ ਚਪਹਿਰਾ ਸਾਹਿਬ ਕਰਦੀ ਆ, ਬਾਬਾ ਦੀਪ ਸਿੰਘ ਨੂੰ ਯਾਦ ਕਰਦੀ ਆ, ਉਸੇ ਤਰ੍ਹਾਂ ਕਿ ਇਹ ਨੌਜਵਾਨ ਦੀ ਇੱਕ ਆਸਥਾ ਵਾ। ਇਹਦਾ ਕਹਿਣਾ ਵੀ ਮੈਂ ਰੋਜ਼ ਭਾਵੇਂ ਰਾਤ 11 ਵਜਣ 10 ਵਜਣ ਇੱਥੋਂ ਜਦੋਂ ਵੀ ਦੁਕਾਨਦਾਰੀ ਬੰਦ ਕਰਕੇ ਡੇਲੀ ਜਾਂ ਧੰਨ ਧੰਨ ਬਾਬਾ ਦੀਪ ਸਿੰਘ ਸ਼ੀਦਾ ਸਾਹਿਬ ਕੇ ਮੱਥਾ ਟੇਕ ਜ਼ਰੂਰ ਆਉਣਾ, ਉਹ ਤੋਂ ਬਾਅਦ ਅਗਲੇ ਦਿਨ ਦੀ ਸ਼ੁਰੂਆਤ ਕਰਦੀ ਜਾਂਦੇ ਬਾਬਾ ਜੀ। ਉਹ ਫਿਰ ਸ਼ਕਤੀ ਆ ਨਾ ਬਾਬਾ ਜੀ ਦੀ ਵੀ ਇਹ ਉਹਨਾਂ ਦੇ ਚਰਨਾਂ ਨਾਲ ਜੁੜਿਆ ਵਾ, ਅਤੇ ਜਿਹੜਾ ਬੰਦਾ ਜੁੜਿਆ ਰਹਿੰਦਾ ਵਾ ਉਹ ਬਾਬਾ ਜੀ ਤੋਂ ਪਰੇ ਹੋ ਹੀ ਨਹੀਂ ਸਕਦਾ, ਅਤੇ ਜਿਹੜਾ ਬਾਬਾ ਜੀ ਦੇ ਚਰਨਾਂ ਨਾਲ ਜੁੜਿਆ ਵਾ ਅਤੇ ਉਹਦਾ ਬੇੜਾ ਪਾਰ ਵੀ ਹੋਣਾ ਆ। ਅਤੇ ਜਿਹੜੇ ਜਿੱਦਾਂ ਵੀ ਚੁਪਹਿਰਾ ਸਾਹਿਬ ਦੀ ਗੱਲ ਆ, ਲੋਕ ਧੁੱਪੇ ਹੋਵੇ ਛਾਂ ਹੋਵੇ ਮੀਂਹ ਹੋਵੇ, ਸਾਰੇ ਲੋਕ ਮਤਲਬ ਚੁਪਹਿਰਾ ਸਾਹਿਬ ਕੱਢਦੇ ਆ। ਮੈਂ ਖੁਦ ਗਿਆ ਇੱਕ ਵਾਰ, ਚਲੋ ਮੈਂ ਜਾਂਦਾ ਤਾਂ ਨਹੀਂ ਪਰ ਇੱਕ ਵਾਰ ਮੈਂ ਜ਼ਰੂਰ ਗਿਆ ਵਾਂ ਚੁਪਹਿਰਾ ਸਾਹਿਬ ਕੱਟਣ ਵਾਸਤੇ, ਅਤੇ ਬਹੁਤ ਵਧੀਆ ਐਕਸਪੀਰੀਅੰਸ ਰਹਿੰਦਾ ਵਾ, ਨਾਲੇ ਸੇਵਾ ਕਰੀਦੀ ਆ ਜਾ ਕੇ, ਅਤੇ ਸੇਵਾ ਦਾ ਫਲ ਮਿਲ ਰਿਹਾ ਬਾਬਾ ਜੀ ਦੀ ਕਿਰਪਾ ਨਾਲ। ਕਹਿੰਦੇ ਹਰ ਜਿਹੜਾ ਹਰ ਇੱਕ ਤਰ੍ਹਾਂ ਦੇ ਲੋਕ ਨੇ ਉਹ ਧੰਨ ਧੰਨ ਬਾਬਾ ਦੀਪ ਸਿੰਘ ਨੂੰ ਬਹੁਤ ਪਿਆਰ ਕਰਦੇ ਨੇ, ਉਹਨਾਂ ਦੀ ਆਸਥਾ ਜੁੜੀ ਹੋਈ ਹੈ ਸਾਰਿਆਂ ਨੂੰ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਲੋਕ ਹੋਵੇ। ਉਹ ਦੇਖੋ ਫਿਰ ਇੱਦਾਂ ਹੀ ਵੀ ਸਾਰਿਆਂ ਨੂੰ ਆਪੋ ਆਪਣਾ ਹੈ, ਜਿੱਦਾਂ ਮਤਲਬ ਬਹੁਤ ਸਾਰੇ ਧਰਮ ਨੇ, ਅਤੇ ਕੁਝ ਮਤਲਬ ਹਿੰਦੂ ਲੋਕ ਨੇ ਜੋ ਸਿੱਖ 'ਚ ਸਿੱਖ ਧਰਮ ਵੱਲ ਆ ਰਹੇ ਆ, ਕੁਝ ਸਿੱਖ ਲੋਕ ਜਿਹੜੇ ਹਿੰਦੂ ਧਰਮ ਨੂੰ ਵੀ ਬਹੁਤ ਮੰਨਦੇ ਆ, ਮਤਲਬ ਗੁਰੂ ਇੱਕ ਆ। ਹਾਂਜੀ, ਗੁਰੂ ਇੱਕ ਆ ਅਤੇ ਮੰਨਣਾ ਚਾਹੀਦਾ ਸਾਨੂੰ, ਠੀਕ ਆ। ਕੋਈ ਰਾਮ ਕਹਿ ਕੇ ਮੰਨਦਾ, ਕੋਈ ਵਾਹਿਗੁਰੂ ਕਹਿੰਦਾ, ਕੋਈ ਅੱਲਾ ਕਹਿੰਦਾ, ਸੋ ਬਸ ਇੱਦਾਂ ਹੀ ਆ, ਬਸ ਬਾਬਾ ਜੀ ਨੂੰ ਮੰਨੋ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਨੌਜਵਾਨਾਂ ਦਾ ਵੀ ਕਹਿਣਾ ਵੀ ਬਹੁਤ ਵਧੀਆ ਉਪਰਾਲਾ ਵਾ, ਜਿਹੜੇ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਦੇ ਨੇ, ਉਹਨਾਂ ਲਈ ਆਸਥਾ ਲੋਕਾਂ ਦੀ ਜੁੜੀ ਹੋਈ ਆ, ਚਾਹੇ ਉਹ ਕਿਸੇ ਵੀ ਧਰਮ ਦਾ ਹੈਗਾ ਵਾ, ਚਾਹੇ ਉਹ ਕਿਸੇ ਵੀ ਜਾਤ ਦਾ। ਤੁਸੀਂ ਦੇਖਿਆ ਵੀ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦਾ, ਅਤੇ ਐਡਾ ਵਧੀਆ ਉਪਰਾਲਾ ਵਾ ਧੰਨ ਧੰਨ ਬਾਬਾ ਦੀਪ ਸਿੰਘ ਨੂੰ ਯਾਦ ਕਰਨ ਦਾ, ਉਹਨਾਂ ਦੇ ਨਾਲ ਦੇਣ ਦੀ ਸ਼ੁਰੂਆਤ ਕਰਨ ਦਾ। ਉਹਨਾਂ ਦਾ ਕਹਿਣਾ ਕਿਸੇ ਵੇਲੇ ਕੁਛ ਵੀ ਨਹੀਂ ਸਾਂ, ਅੱਜ ਬਾਬਾ ਜੀ ਦਿਆ ਨਾਲ, ਧੰਨ ਧੰਨ ਬਾਬਾ ਦੀਪ ਸਿੰਘ ਦੀ ਦਿਆ ਨਾਲ ਇੰਨੀ ਕੁ ਦਇਆ ਮੇਰੇ ਉਹਨਾਂ ਨੇ ਕੀਤੀ ਆ, ਅੱਜ ਲੱਖਾਂਪਤੀ ਹੋ ਗਏ ਨੇ, ਦੋ ਦੋ ਜਿਹੜੀਆਂ ਕਿ ਰੇਹੜੀਆਂ ਲਾਈਆਂ ਹੋਈਆਂ, ਮੋਟੂ ਵੈਜ ਚਾਪ ਵਾਲੇ ਜਿਹੜੇ ਕਿ ਅੰਮ੍ਰਿਤਸਰ ਰਣਜੀਤ ਐਵ ਨੂੰ ਮਾਰਕੀਟ ਆ, ਇੱਥੇ ਹੋਰ ਹੀ ਮੈਂ ਦੱਸਾਂਗਾ ਜਾਊਂਗਾ ਆਪਣੇ ਦਰਸ਼ਕਾਂ ਨੂੰ, ਇੱਥੇ ਹੋਰ ਵੀ 150 ਤੋਂ 100-200 ਜਿਹੜੀਆਂ ਰੇਹੜੀਆਂ ਲੱਗੀਆਂ ਹੋਈਆਂ ਨੇ, ਪਰ ਇਹਨਾਂ ਵੱਲੋਂ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਵਾ। ਬੜਾ ਸ਼ਲਾਘਾਯੋਗ ਕਦਮ ਆ ਜਿਹੜਾ ਕਿ ਧੰਨ ਧੰਨ ਬਾਬਾ ਦੀਪ ਸਿੰਘ ਨੂੰ ਇਹ ਪਿਆਰ ਕਰਦੇ ਨੇ, ਆਸਥਾ ਜੁੜੀ ਹੋਈ ਆ ਪਰਮਾਤਮਾ ਪ੍ਰਤੀ, ਸਾਡਾ ਵੀ ਬਾਬਾ ਦੀਪ ਸਿੰਘ ਦੇ ਨਾਲ ਸਾਰਿਆਂ ਨਾਲ ਜੁੜੇ ਲਗਾਵ ਆ। ਇਸ ਕਰਕੇ ਸਾਡੀ ਵੀ ਜਿਹੜੀ ਕਿ ਨੌਜਵਾਨਾਂ ਨੂੰ ਬੇਨਤੀ ਆ, ਇੱਕ ਸੁਨੇਹਾ ਵੀ ਆ ਜਿਹੜਾ ਕਿ ਬੜਾ ਵਧੀਆ ਸੁਨੇਹਾ ਦਿੱਤਾ ਜਾ ਰਿਹਾ, ਜਿਹੜਾ ਇਹਨਾਂ ਮੋਟੋ ਵੈਜ ਚਾਂਪਲਿਆਂ ਵਾਸਤੇ ਇਹਨਾਂ ਜਿਹੜਾ ਕਿ ਸੁਨੇਹਾ ਦਿੱਤਾ ਤੁਹਾਨੂੰ,
ਸਾਡੀ ਦਰਸ਼ਕਾਂ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਖਬਰ ਨੂੰ ਜਿਹੜਾ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿ ਜਿਹੜੇ ਪਿਆਰ ਕਰਦੇ ਨੇ ਧੰਨ ਧੰਨ ਬਾਬਾ ਦੀਪ ਸਿੰਘ ਨੂੰ ਉਹਨਾਂ ਤੱਕ ਜਿਹੜਾ ਸੁਨੇਹਾ ਪਹੁੰਚ ਜਾਵੇ ਅਤੇ ਆਪਣੀ ਜਿਹੜੀ ਦਿਨ ਦੀ ਜਿਹੜੀ ਸ਼ੁਰੂਆਤ ਆ ਉਹ ਧੰਨ ਧੰਨ ਬਾਬਾ ਦੀਪ ਸਿੰਘ ਦੇ ਨਾਲ ਜਿਹੜਾ ਕਿ ਉਹ ਕੀਤੀ ਜਾਵੇ। ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।